ਹੁਣ ਅਸੀਂ ਇੱਕ ਛੋਟਾ ਜਨਰੇਟਰ ਜੋ ਕਿ ਲਾਈਟ ਹਾਊਸ ਦੇ ਉੱਤੇ ਇੱਕ LED ਲਾਈਟ ਜਗਾ ਦੇਵੇਗਾ ਬਣਾਵਾਂਗੇ। ਇਸ ਲਈ ਤੁਹਾਨੂੰ ਇੱਕ ਰੀਵਾਈਂਡਿੰਗ ਲਈ ਕਾਪਰ ਦੀ ਤਾਰ, ਮਜ਼ਬੂਤ ਨਾਇਓਡੇਨੀਅਮ ਮੈਗਨੇਟ ਅਤੇ ਹੋਰ ਸਮਾਨ ਚਾਹੀਦਾ ਹੈ। ਹੁਣ ਤੁਸੀਂ ਫਿਲਮ ਕੈਨ ਦੇ ਅਖੀਰ ਵਾਲੇ ਹਿੱਸੇ ਤੋਂ ਦੋ ਗਲੀਆਂ ਕੱਢ ਦਿਓ, ਜੋ ਦੋ ਪਾਈਪਾਂ ਜੋੜੋ ਜੋ ਬੁਸ਼ ਬੀਅਰਿੰਗ ਨਾਲ ਕੰਮ ਕਰਨਗੀਆਂ। ਇੱਕ ਰਬੜ ਦਾ ਟੁਕੜਾ ਲਓ ਅਤੇ ਦੋ ਨਿਓਡੇਨੀਅਮ ਮੈਗਨੇਟ ਨੂੰ ਜੋੜ ਦਿਓ। ਸਾਈਕਲ ਦੇ ਗੱਜ ਵਿੱਚ ਰਬੜ ਐਕਸਲ ਜਾਂ ਸ਼ਾਫਟ ਦੀ ਤਰ੍ਹਾਂ ਪਾ ਦਿਓ। ਹੁਣ ਦੋ ਸਾਈਕਲ ਦੇ ਗੱਜ ਬੁਸ਼ ਬੀਅਰਿੰਗ ਵਿੱਚ ਪਾ ਦਿਓ। ਫਿਲਮ ਕੈਨ ਦੀ ਇੱਕ ਗਲੀ ਉੱਪਰੋਂ ਖੁੱਲ੍ਹੀ ਹੈ ਜੋ ਕਿ ਤੁਹਾਨੂੰ ਐਕਸਲ ਰੱਖਣ ਲਈ ਮਦਦ ਕਰੇਗੀ। ਹੁਣ ਕਾਪਰ ਦੀ ਤਾਰ ਦੇ 800 ਗੇੜੇ ਫਿਲਮ ਕੈਨ 'ਤੇ ਚੜਾਓ। ਹੁਣ ਇਸ ਦੇ ਕੋਨਿਆਂ ਨੂੰ ਸਕ੍ਰੈਪ ਕਰੋ ਅਤੇ LED ਲਗਾ ਦਿਓ। ਹੁਣ ਜਦ ਤੁਸੀਂ ਗੱਜ ਨੂੰ ਘੁਮਾਓਗੇ ਤਾਂ LED ਜਗ ਪਏਗਾ। ਹੁਣ ਕਾਰਡਬੋਰਡ ਦੀ ਸ਼ੀਟ ਨੂੰ ਇਸ ਤਰ੍ਹਾਂ ਮੋੜੋ ਤਾਂ ਜੋ ਉਹ 5 ਪੱਖੇ ਦੇ ਪਰਾਂ ਵਾਲਾ ਟਰਬਾਈਨ ਬਣ ਜਾਵੇ। ਹੁਣ ਇਸ ਟਰਬਾਈਨ ਨੂੰ ਸਾਈਕਲ ਦੇ ਗੱਜ ਉੱਪਰ ਲਗਾਓ। ਹੁਣ ਬੋਤਲ ਦੇ ਢੱਕਣ ਨੂੰ ਦਿਖਾਏ ਅਨੁਸਾਰ ਲਗਾਓ। ਹੁਣ ਇਸ ਢੱਕਣ ਨੂੰ ਬੋਤਲ 'ਤੇ ਲਗਾਓ, ਇਸ ਦਾ ਤੱਲਾ ਕੱਟਿਆ ਹੋਵੇ। ਹੁਣ ਚਿੱਟੀ ਬੋਤਲ ਨੂੰ ਹਰੀ ਬੋਤਲ ਵਿੱਚ ਲੈ ਕੇ ਜਾਓ ਜਿਸ ਵਿੱਚ ਪਾਣੀ ਭਰਿਆ ਹੋਵੇ। ਹੁਣ ਢੱਕਣ ਵਿੱਚ ਹਵਾ ਬਾਹਰ ਆਵੇਗੀ ਅਤੇ ਟਰਬਾਈਨ ਘੁੰਮੇਗੀ ਅਤੇ ਜਿਸ ਨਾਲ LED ਜਗੇਗੀ ਜਿਵੇਂ ਕਿ ਲਾਈਟ ਹਾਊਸ ਵਿੱਚ ਜਗਦੀ ਹੈ।